ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਤੁਸੀਂ ਦੇਖ ਰਹੇ ਹੋ ਕਿਸਾਨ ਖੇਤੀ ਵਿਚਾਰ ਅਤੇ ਮੈਂ ਹਾਂ ਚਮਕੌਰ ਸਿੰਘ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਮਧੂਮੱਖੀ ਦਾ ਜਿਹੜਾ ਕੰਮ ਹੈ ਉਹ ਬਹੁਤ ਜ਼ਿਆਦਾ ਇਸ ਵਾਰ, ਜਿਵੇਂ ਕਿ ਆਪਾਂ ਦੇਖ ਰਹੇ ਹਾਂ ਬਰਡ ਫਲੂ 'ਚ, ਬਾਕੀ ਜਿਹੜੇ ਕੰਮ ਹੈ ਉਹ ਫਿਰ ਵੀ ਥੋੜ੍ਹੇ ਜਿਹੇ ਠੰਡੇ ਪੈ ਗਏ ਆ, ਚਾਹੇ ਉਹ ਚਿਕਨ ਦਾ, ਚਾਹੇ ਗੋਟ ਫਾਰਮਿੰਗ ਹੈ, ਚਾਹੇ ਪਿਗਰੀ ਦਾ। ਪਰ ਜਿਹੜਾ ਬੀ ਕੀਪਿੰਗ ਦਾ ਕੰਮ ਹੈ ਉਹ ਹਜੇ ਵੀ ਚੱਲ ਰਿਹਾ, ਫਾਰਮਰਸ ਜਿਹੜੇ ਹੈਗੇ ਨੇ ਬੀ ਕੀਪਿੰਗ ਕਰ ਰਹੇ ਨੇ, ਅਤੇ ਇਹਦੇ ਵਿੱਚ ਕੁਛ ਖਾਮੀਆਂ ਵੀ ਮੌਜੂਦ ਨੇ ਬੀ ਕੀਪਿੰਗ, ਕਿਉਂਕਿ ਅਡਲਟਰੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਮਾਰਕੀਟ 'ਚ, ਤੁਹਾਨੂੰ ਕਈ ਤਰ੍ਹਾਂ ਦਾ ਸ਼ਹਿਦ ਮਿਲ ਜਾਂਦਾ ਹੈ। ਉਸ ਦੇ ਵਿੱਚੋਂ ਇੱਕ ਪਰਖ ਕਰਨੀ ਕਿ ਕਿਹੜਾ ਸ਼ਹਿਦ ਸਹੀ ਹੈ ਅਤੇ ਕਿਹੜਾ ਗਲਤ ਹੈ, ਉਹਦੇ 'ਤੇ ਅੱਜ ਆਪਾਂ ਗੱਲ ਕਰਾਂਗੇ। ਸਾਡੇ ਨਾਲ ਬਹੁਤ ਹੀ ਅਗਾਂਹ ਵਧੂ ਕਿਸਾਨ ਨਰਪਿੰਦਰ ਸਿੰਘ ਧਾਲੀਵਾਲ ਜੀ ਮੌਜੂਦ ਨੇ, ਜਿਹੜੇ ਪਿਛਲੇ ਕਈ ਸਾਲਾਂ ਤੋਂ ਬੀ ਕੀਪਿੰਗ ਦਾ ਕੰਮ ਕਰ ਰਹੇ ਨੇ, ਅੱਜ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਰ, ਦੱਸੋਗੇ ਸਾਨੂੰ ਕਿ ਕਿਸ ਤਰ੍ਹਾਂ ਅਸੀਂ ਪਛਾਣ ਕਰ ਸਕਦੇ ਹਾਂ ਕਿ ਸ਼ਹਿਦ ਦੇ ਵਿੱਚ ਅਡਲਟਰੇਸ਼ਨ ਹੈਗੀ ਹੈ, ਇਹਦੇ 'ਚ ਕੁਛ ਮਿਲਾਵਟ ਹੈਗੀ ਹੈ, ਜਾਂ ਇਹ ਅਸਲੀ ਸ਼ਹਿਦ ਹੈ? ਕਿਸ ਤਰ੍ਹਾਂ ਅਸੀਂ ਸ਼ਹਿਦ ਦੀ ਪਰਖ ਕਰ ਸਕਦੇ ਹਾਂ? ਵੀਰ ਜੀ, ਗੱਲ ਇਹ ਆ ਵੀ ਜੇ ਆਪਾਂ ਕਹੀਏ ਵੀ ਘਰੇਲੂ ਜਿਹੜੇ ਫਾਰਮੂਲੇ ਆ ਉਹਨਾਂ ਦੇ ਨਾਲ ਆਪਾਂ ਕੋਈ ਜਾਂਚ ਕਰ ਪਾਵਾਂਗੇ, ਤਾਂ ਉਹ ਕੋਈ ਵੀ ਜਿਹੜਾ ਹੈਗਾ ਫਾਰਮੂਲਾ ਉਹ ਸਿੰਥੈਟਿਕ ਨਹੀਂ ਹੈਗਾ, ਜਿਹਦੇ ਨਾਲ ਕੋਈ ਬੰਦਾ ਘਰੇ ਹੀ ਇਸ ਗੱਲ ਦੀ ਜਾਂਚ ਕਰ ਲਵੇ ਵੀ ਬਿਲਕੁਲ ਪਿਓਰ ਆ ਕੇ ਇਹ ਨਕਲੀ ਆ ਮਿਲਾਵਟਾਂ ਦਾ, ਕਿਉਂਕਿ ਜਿਹੜੇ ਇਹਦੇ ਅਡਲਟਰੇਸ਼ਨ ਦੇ ਜਿਹੜੀ ਹੋ ਰਹੀ ਹੈ ਇਹਦੇ 'ਚ ਕਈ ਤਰ੍ਹਾਂ ਦੇ ਸੀਰਪ ਮਿਲਾਏ ਜਾ ਰਹੇ ਆ, ਜਿਹਦੇ 'ਚ ਸ਼ੂਗਰ ਸੀਰਪ ਹੋ ਜਾਂਦਾ ਵਾ, ਰਾਈ ਸੀਰਪ ਵੱਡੀ ਪੱਧਰ 'ਤੇ ਹੋ ਰਿਹਾ ਵਾ। ਉਹਨੂੰ ਫੜਨ ਵਾਸਤੇ ਸਾਡੀ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਟੈਸਟ ਲਾਗੂ ਕੀਤੇ ਆ, ਜਿਹਨਾਂ ਦੇ ਵਿੱਚ ਟੀ ਐਮ ਆਰ ਆ, ਐਸ ਐਮ ਆਰ ਆ, ਜਿਹੜੇ ਕਿ ਇਹਨੂੰ ਫੜ ਸਕਦੇ ਆ। ਠੀਕ ਹੈ ਜੀ। ਤੇ ਨਾਲ ਹੀ ਸਰਕਾਰ ਨੇ 1 ਅਗਸਤ 2020 ਤੋਂ ਜਿਹੜਾ ਸ਼ਹਿਦ ਐਕਸਪੋਰਟ ਹੋ ਰਿਹਾ ਵਾ ਜਾਂ ਐਕਸਪੋਰਟ ਹੋਣਾ ਵਾ ਖਾਸ ਕਰਕੇ USA ਨੂੰ, ਉਹਦੇ ਵਾਸਤੇ ਇੱਕ ਟੈਸਟ ਆ ਜਿਹਨੂੰ ਅਸੀਂ ਕਹਿ ਦਿੰਦੇ ਹਾਂ NMR ਟੈਸਟ, ਨਿਊਕਲੀਅਰ ਮੈਗਨੈਟਿਕ ਰੈਜ਼ੋਨੈਂਸ ਟੈਸਟ ਆ, ਉਹ ਕੰਪਲਸਰੀ ਕੀਤਾ। ਇਹ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕੁੱਝ ਕੰਪਨੀਆਂ ਦੇ ਸ਼ਹਿਦ ਦੇ ਵਿੱਚ ਅਡਲਟਰੇਸ਼ਨ ਦੀ ਗੱਲ ਹੋਈ ਆ, ਉਹਦੇ ਵਿੱਚ ਵੀ ਉਹ ਕੰਪਨੀਆਂ ਦਾ ਜਿਹੜਾ ਸ਼ਹਿਦ ਆ ਜਰਮਨੀ ਦੀ ਇੰਟਰਟੈਕ ਲੈਬ ਦੇ ਵਿੱਚ ਭੇਜ ਕੇ NMR ਟੈਸਟ ਕੀਤਾ ਗਿਆ, ਜਿਹਦੇ ਵਿੱਚ ਪਤਾ ਲੱਗਿਆ ਕਿ ਕੰਪਨੀਆਂ ਨੇ ਵੱਡੀ ਪੱਧਰ ਤੇ ਅਡਲਟਰੇਸ਼ਨ ਕੀਤੀ ਸੀ। ਉਹੀ ਸ਼ਹਿਦ ਜਿਹੜਾ ਸਾਡੀ ਮਾਰਕੀਟ ਦੇ ਵਿੱਚ ਵੇਚਦੇ ਸੀਗੇ ਉਹ FSSAI ਦਾ ਜਿਹੜਾ ਸਟੈਂਡਰਡ ਬਣਾਇਆ ਉਹਨੂੰ ਸਾਰੇ ਨੂੰ ਪਾਸ ਕਰ ਚੁੱਕਿਆ ਸੀ। ਇਸ ਕਰਕੇ ਜੋ ਸਾਡੀ FSSAI ਦੇ ਜਿਹੜੇ ਸਟੈਂਡਰਡ ਹੈਗੇ ਆ ਉਹਨਾਂ ਨੂੰ ਵੀ ਪਾਸ ਕਰਨ ਵਾਲੇ ਸੀਰਪ ਸਾਡੇ ਕੋਲ ਹੈਗੇ ਆ, ਤਾਂ ਸਾਨੂੰ ਜੇ ਅਡਲਟਰੇਸ਼ਨ ਦਾ ਪਤਾ ਕਰਨਾ ਤਾਂ ਸਾਨੂੰ ਐਡਵਾਂਸ ਟੈਸਟ ਜਿਹੜਾ ਹੈਗਾ NMR ਉਹਦੇ ਤੇ ਹੀ ਭਰੋਸਾ ਕਰਨਾ ਚਾਹੀਦਾ ਵਾ, ਕਿਉਂਕਿ ਜਿਹੜੀ ਇਹ ਅਡਲਟਰੇਸ਼ਨ ਹੈਗੀ ਆ ਇਹ ਬੀਕੀਪਰਾਂ ਦੇ ਲੈਵਲ ਤੇ ਨਹੀਂ ਹੈ। ਕੋਈ ਵੀ ਬੀਕੀਪਰ ਜਿਹੜਾ ਬੰਦਾ ਕਰਦਾ ਵਾ ਜੇ ਉਹ ਪੈਕਿੰਗ ਕਰਕੇ ਵੇਚ ਰਿਹਾ ਵਾ ਉਹਦਾ ਸ਼ਹਿਦ ਕੰਪਨੀਆਂ ਦੇ ਸ਼ਹਿਦ ਨਾਲੋਂ 100 ਗੁਣਾ ਚੰਗਾ ਹੋਊਗਾ, ਪਿਓਰ ਹੋਊਗਾ। ਕੰਪਨੀਆਂ ਦੇ ਸ਼ਹਿਦ ਤੇ ਆਪਾਂ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰ ਸਕਦੇ, ਨਾ ਹੀ ਆਪਣੇ ਕੋਲ ਕੋਈ ਇਹੋ ਜਿਹਾ ਫਾਰਮੂਲਾ ਵੀ ਆਪਾਂ ਘਰੇਲੂ ਤਰੀਕੇ ਦੇ ਨਾਲ ਇਹਨੂੰ ਘਰੇ ਪਤਾ ਲਾ ਲਈਏ ਵੀ ਇਹਦੇ 'ਚ ਅਡਲਟਰੇਸ਼ਨ ਜਾਂ ਆਹ ਸ਼ਹਿਦ ਪਿਓਰ ਆ। ਜੀ, ਇੱਥੇ ਮੈਂ ਤੁਹਾਨੂੰ ਰੋਕਣਾ ਚਾਹੂੰਗਾ, ਤੁਹਾਡੇ ਤੋਂ ਇੱਕ ਗੱਲ ਹੋਰ ਪੁੱਛਣੀ ਹੈ। ਜਿਵੇਂ ਸ਼ਹਿਦ ਆਪਾਂ ਲੈ ਕੇ ਆਉਂਦੇ ਹਾਂ ਘਰ ਦੇ ਵਿੱਚ, ਜਿਹੜਾ ਸ਼ਹਿਦ ਜੰਮ ਜਾਂਦਾ ਜਾਂ ਖੰਡ ਦਾ ਰੂਪ ਇੱਕ ਧਾਰਨ ਕਰ ਲੈਂਦਾ, ਉਹਦੇ ਵਿੱਚ ਕੀ ਚੱਕਰ ਹੁੰਦਾ? ਉਹ ਕੀ ਉਹ ਅਡਲਟਰੇਸ਼ਨ ਵਾਲਾ ਸ਼ਹਿਦ ਹੈ, ਕੀ ਉਹ ਮਿਲਾਵਟ ਵਾਲਾ ਸ਼ਹਿਦ ਹੈ, ਜਾਂ ਉਹ ਅਸਲੀ ਸ਼ਹਿਦ ਹੁੰਦਾ? ਬਿਲਕੁਲ, ਤੁਸੀਂ ਬਹੁਤ ਹੀ ਵਧੀਆ ਤੇ ਵਾਜਬ ਸਵਾਲ ਪੁੱਛਿਆ। ਜਿਹਨੂੰ ਤਕਰੀਬਨ 25 ਸਾਲ ਹੋ ਗਏ ਨੇ ਸ਼ਹਿਦ ਮੱਖੀਆਂ ਦਾ ਕੰਮ ਕਰਦੇ ਨੂੰ, ਅਸੀਂ ਮੈਂ ਦੇਖਿਆ ਵੀ ਜਿੰਨੇ ਵੀ ਇੰਡੀਆ ਦੇ ਵਿੱਚ ਸ਼ਹਿਦ ਹੁੰਦੇ ਆ, ਪੈਦਾ ਹੁੰਦੇ ਆ, ਉਹਦੇ ਵਿੱਚੋਂ ਤਕਰੀਬਨ 80% ਜਿਹੜੇ ਸ਼ਹਿਦ ਹੈਗੇ ਆ ਉਹ ਜੰਮ ਜਾਂਦੇ ਨੇ, ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਟੈਂਪਰੇਚਰ 14 ਡਿਗਰੀ ਦੇ ਨੇੜ ਤੇੜ ਰਹਿਣ ਲੱਗ ਜਾਂਦਾ। ਜਿਹੜੇ ਸ਼ਹਿਦ ਦੇ ਵਿੱਚ ਗਲੂਕੋਜ਼ ਤੇ ਪਾਣੀ ਦਾ ਅਨੁਪਾਤ 2.1 ਆ, ਉਹਦੇ ਉਹਨੇ ਜੰਮਣਾ ਹੀ ਜੰਮਣਾ ਵਾ। ਜਿਹੜੇ ਸ਼ਹਿਦ ਦੇ ਵਿੱਚ ਫਰਕਟੋਜ਼ ਦੀ ਮਾਤਰਾ ਜ਼ਿਆਦਾ ਵਾ ਉਹ ਸ਼ਹਿਦ ਨਹੀਂ ਜੰਮਦਾ, ਖਾਸ ਕਰਕੇ ਸਰੋਂ ਦੇ ਫੁੱਲਾਂ ਦਾ ਸ਼ਹਿਦ, ਤੋੜੀਏ ਦਾ ਸ਼ਹਿਦ, ਇਹ ਸ਼ਹਿਦ ਦੋਹੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਸ਼ਹਿਦ ਆ ਜਿਹੜੇ ਕਿ ਕੱਢਣ ਤੋਂ ਜਦੋਂ ਅਸੀਂ ਬਖਸ਼ਾਂ ਦੇ ਵਿੱਚੋਂ ਸ਼ਹਿਦ ਕੱਢ ਲੈਂਦੇ ਹਾਂ ਦੂਜੇ ਤੀਜੇ ਦਿਨ ਬਾਅਦ ਹੀ ਬਿਲਕੁਲ ਦੇਸੀ ਘਿਓ ਦੇ ਵਾਂਗੂ ਜੰਮ ਜਾਂਦੇ ਨੇ। ਔਰ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਜਿਹੜਾ ਜੰਮਿਆ ਹੋਇਆ ਸ਼ਹਿਦ ਆ ਜੇ ਜੰਮ ਗਿਆ ਤੇ ਇਹਦੇ 'ਚ ਕਿਸੇ ਤਰੀਕੇ ਦੀ ਕੋਈ ਮਿਲਾਵਟ ਕੀਤੀ ਆ, ਇਹ ਧਾਰਨਾ ਬਿਲਕੁਲ ਗਲਤ ਆ। ਕਿਉਂਕਿ ਜਿਹੜਾ ਸਾਡਾ ਸਰੋਂ ਦਾ ਸ਼ਹਿਦ ਪੈਦਾ ਹੁੰਦਾ ਵਾ ਉਹ ਸਾਰੇ ਦਾ ਸਾਰਾ USA ਨੂੰ ਐਕਸਪੋਰਟ ਹੁੰਦਾ, ਔਰ USA ਦੇ ਵਿੱਚ ਅਤੇ ਯੂਰਪੀ ਮੁਲਕਾਂ ਦੇ ਵਿੱਚ ਉੱਥੋਂ ਦੇ ਲੋਕ ਉਹਨੂੰ ਕਰੀਮ ਹਨੀ ਦੇ ਤੌਰ ਤੇ ਜੰਮੇ ਹੋਏ ਨੇ ਖਾਂਦੇ ਆ। ਜਿਹੜੀ ਉਹਦੇ ਵਿੱਚ ਖੰਡ ਦੇ ਟਾਈਪ ਆਫ ਬਣ ਜਾਂਦਾ ਹੈ
ਜਾਂ ਉਹ ਇੱਕ ਖੰਡ ਦੇ ਆਕਾਰ ਦਾ ਰੂਪ ਲੈ ਲੈਂਦਾ, ਖੰਡ ਦਾ ਰੂਪ ਲੈ ਲੈਂਦਾ, ਉਹ ਕਿਸ ਤਰ੍ਹਾਂ ਦਾ ਸ਼ਹਿਦ ਹੁੰਦਾ? ਕੀ ਉਹ ਮਿਲਾਵਟ ਵਾਲਾ ਸ਼ਹਿਦ ਹੈ? ਨਹੀਂ ਉਹ ਮਿਲਾਵਟ ਵਾਲਾ ਸ਼ਹਿਦ ਨਹੀਂ, ਜੀ ਜ਼ਿਆਦਾਤਰ ਜਿਹੜਾ ਹੈਗਾ ਗਲੂਕੋਜ਼ ਦੇ ਜਿਹੜੇ ਹੈਗੇ ਆ ਨਾ ਕ੍ਰਿਸਟਲ ਬਣ ਜਾਂਦੇ ਨੇ ਟੈਂਪਰੇਚਰ ਡਾਊਨ ਹੋਣ ਕਰਕੇ, ਤੇ ਖਾਸ ਕਰਕੇ ਜਿੱਥੇ ਪਾਣੀ ਦਾ ਅਨੁਪਾਤ ਦੋ ਗਲੂਕੋਜ਼ ਪਾਣੀ ਦਾ ਅਨੁਪਾਤ ਆ 2.1, ਠੀਕ ਹੈ, ਉਹ ਉਹਦੇ ਮੋਟੇ ਕ੍ਰਿਸਟਲ ਬਣ ਜਾਂਦੇ ਨੇ। ਜੇ ਆਪਾਂ ਉਸੇ ਸ਼ਹਿਦ ਨੂੰ 40 ਡਿਗਰੀ ਟੈਂਪਰੇਚਰ ਤੇ ਰੱਖ ਦਈਏ ਤਾਂ ਫੇਰ ਤੋਂ ਲੀਕਡ ਬਣ ਜਾਂਦਾ ਬਿਲਕੁਲ ਉਸੇ ਤਰੀਕੇ ਨਾਲ ਜਿਹੋ ਜਿਹਾ ਪਹਿਲਾਂ ਅਸੀਂ ਖਰੀਦਿਆ ਸੀਗਾ। ਇਸ ਕਰਕੇ ਜੇ ਕਿਸੇ ਵੀ ਆਪਣੇ ਸਰੋਤੇ ਨੇ ਕਦੇ ਦੇਖਿਆ ਹੋਵੇ ਸ਼ਹਿਦ ਉਹਦੇ ਕੋਲ ਜਾਂ ਜੰਮਿਆ ਹੋਇਆ ਪਿਆ ਹੋਵੇ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਕੋਲ ਸ਼ਹਿਦ ਖਰੀਦਿਆ ਹੋਇਆ ਜੰਮ ਜਾਵੇ ਤਾਂ ਉਹਨੂੰ ਗਰਮ ਪਾਣੀ ਦੇ ਵਿੱਚ ਰੱਖ ਲਓ ਤਾਂ ਉਹ ਜਿਹੜਾ ਸ਼ਹਿਦ ਹੈਗਾ ਬਿਲਕੁਲ ਲੀਕਡ ਬਣ ਜਾਊਗਾ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਡਲਟਰੇਸ਼ਨ ਨਹੀਂ ਹੈ, ਉਹ ਬਿਲਕੁਲ ਪਿਓਰ ਸ਼ਹਿਦ ਆ ਜੀ। ਇੱਕ ਹੋਰ ਸਵਾਲ ਮੇਰੇ ਮਨ 'ਚ ਆਉਂਦਾ ਵੀ ਜਿਹੜਾ ਜਦੋਂ ਇੱਕ ਜਿਹੜਾ ਫਾਰਮਰ ਹੈ ਉਹ ਬੀ ਕੀਪਿੰਗ ਕਰਦਾ ਤਾਂ ਉਹਦੇ ਨਾਲ ਉਹ ਹੋਰ ਕਿਹੜੇ ਕਿਹੜੇ ਜਿਹੜਾ ਹੈਗਾ ਉਹ ਤੋਂ ਕੀ ਕੀ ਪ੍ਰੋਸੈਸਿੰਗ ਉਹਦੇ ਵਿੱਚ ਕਰ ਸਕਦਾ? ਜਿੱਥੋਂ ਤੱਕ ਬੀ ਕੀਪਿੰਗ ਕਰਨ ਵਾਲੇ ਦੀ ਗੱਲ ਆ ਉਹਦੇ ਨਾਲ ਜਿਹੜੇ ਪ੍ਰੋਡਕਟ ਹੈਗੇ ਆ, ਕਿਉਂਕਿ ਸਾਡੀ ਜਿਹੜੀ ਬੀ ਕੀਪਿੰਗ ਆ ਉਹ ਹੁਣ ਤੱਕ ਸ਼ਹਿਦ ਤੇ ਡਿਪੈਂਡ ਰਹੀ ਆ, ਇਕੱਲੀ ਸ਼ਹਿਦ ਦੀ ਆਮਦਨ ਜਾਂ ਮੱਖੀਆਂ ਵੇਚਣ ਦੀ ਆਮਦਨ ਨਾਲ ਉਹ ਗੁਜ਼ਾਰਾ ਕਰਦੇ ਸੀ। ਜਦਕਿ ਜਿਹੜੇ ਆਪਾਂ ਨੂੰ ਉੱਨਤ ਮੁਲਕ ਨੇ ਵਿਕਸਿਤ ਮੁਲਕ ਨੇ ਜਿਹਨਾਂ ਨੇ ਬੀ ਕੀਪਿੰਗ ਸਾਥੋਂ ਕਾਫੀ ਟਾਈਮ ਪਹਿਲਾਂ ਸ਼ੁਰੂ ਕੀਤੀ ਆ, ਉੱਥੇ ਬੀ ਕੀਪਿੰਗ ਦੇ ਵਿੱਚ ਸ਼ਹਿਦ ਤੇ ਮੱਖੀ ਦੇ ਨਾਲ ਨਾਲ ਬੀ ਪੋਲਣ ਰਾਇਲ ਜੈਲੀ ਪ੍ਰੋਪੋਲਸ ਬੀ ਵੈਨਮ ਵੈਕਸ ਤੇ ਨਾਲ ਐਪੀਥਰੈਪੀ ਇਹ ਸਾਰੇ ਜਿਹੜੇ ਹੈਗੇ ਆ ਬਾਈ ਪ੍ਰੋਡਕਟ ਹੈਗੇ ਆ। ਜੇ ਬੀ ਪੋਲਣ ਦੀ ਮੈਂ ਗੱਲ ਕਰਾਂ ਇਹ ਫੁੱਲਾਂ ਦਾ ਪਰਾਗ ਹੁੰਦਾ ਵਾ ਜਿਹੜਾ ਕਿ ਜਿਹਦੇ ਵਿੱਚ ਕਈ ਤਰ੍ਹਾਂ ਦੇ ਅਮੀਨੋ ਐਸਿਡ ਵਿਟਾਮਿਨ ਅਤੇ ਮਿਨਰਲ ਹੁੰਦੇ ਆ, ਸਾਡੇ ਸਰੀਰ ਵਾਸਤੇ ਬਹੁਤ ਗੁਣਕਾਰੀ ਆ ਤੇ ਉਹ ਇੱਕ ਸਾਡੀ ਐਕਸਟਰਾ ਆਮਦਨ ਦਾ ਸਾਧਨ ਬਣ ਜਾਂਦਾ। ਜਿਹੜਾ ਤੁਸੀਂ ਇਹ ਪ੍ਰੋਡਕਟ ਦੱਸੇ ਹੈ ਕੀ ਇਹਨਾਂ ਦੀ ਕੋਈ ਇੰਡੀਆ ਦੇ ਵਿੱਚ ਕੋਈ ਮਾਰਕੀਟ ਹੈਗੀ ਹੈ ਜਾਂ ਇਹਨਾਂ ਨੂੰ ਬਾਹਰ ਹੀ ਇੰਪੋਰਟ ਕਰਨਾ ਪੈਂਦਾ? ਨਹੀਂ ਇਹਨਾਂ ਦੀ ਮਾਰਕੀਟ ਇੰਡੀਆ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਬਣਨੀ ਸ਼ੁਰੂ ਹੋ ਗਈ ਆ, ਕਿਉਂਕਿ ਬੀ ਕੀਪਰ ਜਦੋਂ ਅਵੇਅਰ ਹੋਇਆ ਹੁਣ ਬੀ ਕੀਪਰ ਨੇ ਆਪਣੇ ਜਿੰਨੇ ਵੀ ਸਾਧਨ ਆ ਚਾਹੇ ਸੋਸ਼ਲ ਮੀਡੀਆ ਚਾਹੇ ਉਹਦੇ ਆਪਦੇ ਕੋਈ ਟੂਲ ਹੈਗੇ ਆ ਕੋਈ ਆਪਦਾ ਪੈਂਫਲੈਟ ਆ ਕੋਈ ਰੈਪਰ ਆ ਜਾਂ ਕੋਈ ਟੀਵੀ ਟਾਕ ਆ ਜਾਂ ਜਿਵੇਂ ਆਪਾਂ ਅੱਜ ਟਾਕ ਕਰ ਰਹੇ ਹਾਂ ਇਸ ਤਰ੍ਹਾਂ ਦੀ ਟਾਕ ਦੇ ਵਿੱਚ ਉਹ ਲੋਕਾਂ ਨੂੰ ਦੱਸਦੇ ਨੇ ਔਰ ਲੋਕਾਂ ਦੇ ਵਿੱਚ ਇਹਦੇ ਬਾਰੇ ਜਿਹੜੀ ਹੈਗੀ ਆ ਕਾਫੀ ਹੱਦ ਤੱਕ ਅਵੇਅਰਨੈਸ ਜਿਹੜੀ ਆਉਣੀ ਸ਼ੁਰੂ ਹੋ ਗਈ ਆ ਵੀ ਇਹ ਵੀ ਖਾਧੀਆਂ ਜਾਣ ਵਾਲੀਆਂ ਚੀਜ਼ਾਂ ਜਿਹਨਾਂ ਨਾਲ ਸਾਡੇ ਸਰੀਰ ਨੂੰ ਬਹੁਤ ਸਾਰਾ ਫਾਇਦਾ ਹੋ ਸਕਦਾ। ਬਹੁਤ ਬਹੁਤ ਧੰਨਵਾਦ ਜੀ ਨਰਪਿੰਦਰ ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਕਿਸਾਨਾਂ ਨਾਲ ਸਾਂਝੀ ਕੀਤੀ ਹੈ। ਸਾਨੂੰ ਆਸ ਹੈ ਕਿ ਕਿਸਾਨਾਂ ਤੱਕ ਬਹੁਤ ਸਾਰੀ ਜਾਣਕਾਰੀ ਪਹਿਲਾਂ ਪਹੁੰਚ ਚੁੱਕੀ ਹੈ। ਜੇ ਫਿਰ ਵੀ ਉਹਨਾਂ ਦਾ ਕੋਈ ਸਵਾਲ ਹੈ ਤਾਂ ਉਹ ਆਪਣਾ ਕਮੈਂਟ ਬਾਕਸ ਵਿੱਚ ਸਵਾਲ ਰੱਖ ਸਕਦੇ ਨੇ, ਅਸੀਂ ਨਰਪਿੰਦਰ ਜੀ ਤੋਂ ਕੋਸ਼ਿਸ਼ ਕਰਾਂਗੇ ਤੁਹਾਡੇ ਹਰ ਸਵਾਲ ਦਾ ਜਵਾਬ ਲੈ ਕੇ ਦੇ ਸਕੀਏ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਸਰ, ਵੈਲਕਮ ਜੀ, ਵੈਲਕਮ। ਦੁਬਾਰਾ ਫਿਰ ਮਿਲਦੇ ਹਾਂ ਨਵੇਂ ਪ੍ਰੋਗਰਾਮ ਦੇ ਨਾਲ, ਨਵੇਂ ਐਕਸਪਰਟ ਦੇ ਨਾਲ, ਨਵੇਂ ਮੁੱਦੇ ਦੇ ਨਾਲ। ਤਦ ਤੱਕ ਲਈ ਧੰਨਵਾਦ।